ਸਤਿ ਸ਼੍ਰੀ ਅਕਾਲ ਜੀ, ਅੱਜ ਸਾਡੇ ਨਾਲ ਨੇ ਲਵਪ੍ਰੀਤ। ਲਵਪ੍ਰੀਤ ਦਾ ਰੀਸੈਂਟਲੀ ਕੈਨੇਡਾ ਦਾ ਵਰਕ ਪਰਮਿਟ ਆਇਆ LMIA ਦੇ ਬੇਸ 'ਤੇ। ਲਵਪ੍ਰੀਤ ਦਾ ਐਜ਼ ਅ ਟਰੱਕ ਡਰਾਈਵਰ LMIA ਅਪਰੂਵ ਹੋਈ ਸੀ ਅਤੇ ਉਹਦੇ ਬੇਸਿਸ 'ਤੇ ਵੀਜ਼ਾ ਗ੍ਰਾਂਟ ਹੋਇਆ। ਬਾਕੀ ਲਵਪ੍ਰੀਤ ਤੋਂ ਜਾਣਾਂਗੇ ਕਿੱਦਾਂ ਰਿਹਾ ਉਹਦਾ ਐਕਸਪੀਰੀਅੰਸ। ਹਾਂਜੀ ਲਵਪ੍ਰੀਤ। ਹਾਂਜੀ, ਮੈਂ ਐਸ ਏ ਟਰੱਕ ਡਰਾਈਵਰ ਜੋਬ ਕਰਦਾ ਸੀ ਇੰਟਰਸਟੇਟ ਵਰਕ ਫਰੋਮ ਮੈਲਬਰਨ ਟੂ ਸਿਡਨੀ। ਅਤੇ ਮੈਂ ਇੱਥੇ ਮੈਨੂੰ ਅਪਰਚੁਨਿਟੀਜ਼ ਜ਼ਿਆਦਾ ਨਹੀਂ ਲੱਗੀਆਂ ਅਤੇ ਇਸ ਲਈ ਮੈਂ ਕੈਨੇਡਾ ਦੀ LMIA ਲਈ ਅਪਲਾਈ ਕੀਤਾ ਥਰੂ ਟਰੱਕ ਡਰਾਈਵਰ ਬੇਸ। ਅਤੇ ਉੱਥੇ ਜ਼ਿਆਦਾ ਓਪਰਚੁਨਿਟੀਜ਼ ਹੋਣ ਕਰਕੇ ਮੈਨੂੰ ਵੀਜ਼ਾ ਵੀ ਉੱਥੋਂ ਦਾ ਗ੍ਰਾਂਟ ਹੋ ਗਿਆ ਅਤੇ ਮੈਂ ਬਹੁਤ ਖੁਸ਼ ਹਾਂ ਮੇਰਾ ਵੀਜ਼ਾ ਗ੍ਰਾਂਟ ਹੋ ਗਿਆ। ਅਤੇ ਮੈਂ ਥੈਂਕਫੁੱਲ ਹਾਂ ਸੁਮਿਤ ਸਰ ਦਾ, ਗਲੋਬਲ ਦਾ, ਜਿਨ੍ਹਾਂ ਨੇ ਮੇਰਾ ਵੀਜ਼ਾ ਗ੍ਰਾਂਟ ਕਰਵਾਇਆ। ਅਤੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਸੁਮਿਤ ਸਰ ਕੋਲ ਆ ਕੇ ਆਪਣਾ ਡਿਸਕਸ ਕਰਨ ਮੂਵ ਹੋਣ ਲਈ ਕੈਨੇਡਾ ਲਈ, ਕਿਉਂਕਿ ਉੱਥੇ ਜ਼ਿਆਦਾ ਓਪਰਚੁਨਿਟੀਜ਼ ਨੇ ਐਜ਼ ਅ ਟਰੱਕ ਡਰਾਈਵਰ ਐਜ਼ ਕੰਪੇਅਰ ਟੂ ਆਸਟ੍ਰੇਲੀਆ। ਬਿਲਕੁਲ, ਥੈਂਕ ਯੂ ਲਵਪ੍ਰੀਤ। ਲਵਪ੍ਰੀਤ ਦਾ ਜੀ ਪ੍ਰੋਸੈਸ ਤਕਰੀਬਨ 5 ਕੁ ਮਹੀਨੇ ਹੀ ਚੱਲਿਆ, ਜਿਹਦੇ ਵਿੱਚ ਉਹਨਾਂ ਦੀ LMIA ਅਪਰੂਵਲ, ਬਿਜ਼ਨਸ ਅਪਰੂਵਲ ਅਤੇ ਇੰਕਲੂਡਿੰਗ ਹੁਣ ਲਵਪ੍ਰੀਤ ਕੋਲ ਸਿਰਫ ਵੀਜ਼ਾ ਹੀ ਨਹੀਂ ਬਲਕਿ ਜਦੋਂ ਵੀ ਉਹ ਕੈਨੇਡਾ 'ਚ ਲੈਂਡ ਕਰਦਾ ਉਹਦੇ ਕੋਲ ਜੋਬ ਵੀ ਅਵੇਲੇਬਲ ਹੈ ਆਪਣੀ ਇੰਡਸਟਰੀ ਦੇ ਵਿੱਚ ਹੀ, ਜਿਹੜੀ ਕਿ ਟਰੱਕਿੰਗ ਇੰਡਸਟਰੀ। ਜੇ ਤੁਸੀਂ ਵੀ ਲੱਗਦਾ ਕੈਨੇਡਾ ਮੂਵ ਹੋਣਾ ਚਾਹੁੰਦੇ ਹੋ ਬਿਕੋਜ਼ ਤੁਹਾਡੇ ਉੱਥੇ ਰਿਲੇਟਿਵਸ ਹੈ, ਉੱਥੇ ਜ਼ਿਆਦਾ ਓਪਰਚੁਨਿਟੀਜ਼ ਹੈ, ਜਾਂ ਤੁਹਾਨੂੰ ਆਸਟ੍ਰੇਲੀਆ 'ਚ ਵੀ ਆਉਣ ਦਾ ਪਾਥਵੇ ਨਹੀਂ ਹੈ, ਫੋਰ ਐਨੀ ਰੀਜ਼ਨ ਤੁਸੀਂ ਕੈਨੇਡਾ LMIA ਵਰਕ ਪਰਮਿਟ ਬੇਸ ਮੂਵ ਹੋਣਾ ਚਾਹੁੰਦੇ ਹੋ, ਚਾਹੇ ਤੁਸੀਂ ਟਰੱਕ ਡਰਾਈਵਰ ਹੋ, ਕੰਸਲਟੈਂਟ ਹੋ, ਕਸਟਮਰ ਸਰਵਿਸ 'ਚੋਂ, ਸਪੋਰਟ ਵਰਕਰ ਹੋ, ਕਿਸੇ ਵੀ ਇੰਡਸਟਰੀ ਦੇ ਵਿੱਚੋਂ, ਅਲੱਗ ਅਲੱਗ ਤਰ੍ਹਾਂ ਦੀ LMIA ਸਾਡੇ ਕੋਲ ਅਵੇਲੇਬਲ ਹੈ। ਇੱਕ ਵਾਰ ਸਾਨੂੰ ਜ਼ਰੂਰ ਕੰਟੈਕਟ ਕਰੋ।